अफगानिस्तान विच तालिबान अपनी मनमर्जी मुताबक नियम अते कानून लागू कर रहा है। हुण तालिबान ने देश विच विदेशी मुद्रा की वरतों ते पूर्ण पाबंदी का ऐलान कर दिता है अते हुक्म की उलंघना करन ते वड्डी कारवाई की चेतावनी भी साफ तौर दे उत्ते दे दित्ती है। तालिबान के इस कदम नाल अफगानिस्तान की अर्थव्यवस्था जो पहला ढह ढेरी होने के कंडे ते है होर बुरी स्थिति विच चली जाएगी। सूत्रों मुताबिक यह सूचना प्राप्त हुई है। एक निजी न्यूज़ चैनल दे नाल गलबात करदे तालिबान दे बुलारे जबीउल्ला मुजाहिद दे बयान दा हवाला दिंदे होए कहा है कि इस्लामिक अमीरात तालिबान सारे नागरिकां दुकानदारां व्यापारियां अते आम लोकां नूं सारे लैण देण विच अफगानी पैसों विच करन अते विदेशी करंसी की वरतों करन तों सख्ती नाल परहेज़ करन लई निर्देश दिंदा है। बयान विच अगे लिखिया सी कि इस हुक्म की उलंघना करन वाले नूं कानूनी कार ਦਾ ਸਾਹਮਣਾ ਕਰਨਾ ਪਵੇਗਾ। ਇਸ ਖਬਰ ਮੁਤਾਬਕ ਅਮਰੀਕੀ ਡਾਲਰ ਅਫਗਾਨਿਸਤਾਨ ਦੇ ਬਾਜ਼ਾਰਾਂ ਵਿੱਚ ਵਟਾਂਦਰੇ ਦਾ ਵਿਆਪਕ ਮਾਧਿਅਮ ਹੈ। ਨਿਊਜ਼ ਚੈਨਲ ਨੇ ਦੱਸਿਆ ਕਿ ਸਰਹੱਦੀ ਖੇਤਰ ਵਪਾਰਕ ਉਦੇਸ਼ਾਂ ਲਈ ਪਾਕਿਸਤਾਨ ਵਰਗੇ ਗੁਆਂਢੀ ਦੇਸ਼ਾਂ ਦੀ ਕਰੰਸੀ ਦੀ ਵਰਤੋਂ ਵੀ ਕਰਦੇ ਹਨ। ਜ਼ਿਕਰਯੋਗ ਹੈ ਕਿ 15 ਅਗਸਤ ਨੂੰ ਕਾਬੁਲ ਉੱਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਮਰੀਕਾ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ IMF ਦੁਆਰਾ ਅਫਗਾਨਿਸਤਾਨ ਦੀ 9.5 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਪਹੁੰਚ ਨੂੰ ਰੋਕ ਦਿੱਤਾ ਗਿਆ। ਲੱਖਾਂ ਅਫਗਾਨ ਅੰਦਰੂਨੀ ਤੌਰ ਤੇ ਵਿਸਥਾਪਿਤ ਹੋ ਚੁੱਕੇ ਨੇ ਅਤੇ ਹਜ਼ਾਰਾਂ ਨੇ ਵੱਧ ਰਹੇ ਮਨੁੱਖੀ ਸੰਕਟ ਨੂੰ ਜਨਮ ਦਿੰਦੇ ਹੋਏ ਦੇਸ਼ ਛੱਡ ਦਿੱਤਾ ਹੈ। ਦੇਸ਼ ਇੱਕ ਗੰਭੀਰ ਆਰਥਿਕ ਸਥਿਤੀ ਵਿੱਚ ਹੈ ਜਿਸ ਵਿੱਚ ਕੋਈ ਅੰਤਰਰਾਸ਼ਟਰੀ ਸਹਾਇਤਾ ਅਤੇ ਸੰਪਰਕ ਨਹੀਂ ਹੈ। ਨਤੀਜੇ ਵਜੋਂ ਆਮ ਲੋਕਾਂ ਲਈ ਬਹੁਤ ਹੀ ਮੁਸ਼ਕਲ ਸਥਿਤੀ ਪੈਦਾ ਹੋ ਗਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੇ ਵੱਲੋਂ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਲੈ ਕੇ ਅਜਿਹੀਆਂ ਸਖਤੀਆਂ ਵਰਤੀਆਂ ਜਾਣਗੀਆਂ ਇਹ ਤਾਂ ਸਮਾਂ ਹੀ ਬਿਆਨੇਗਾ। ਫਿਲਹਾਲ ਦੇ ਲਈ ਵੱਡੀ ਖਬਰ ਹੈ ਕਿ ਹੁਣ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਕਿਸੇ ਵੀ ਤਰੀਕੇ ਦੀ ਵਿਦੇਸ਼ੀ ਕਰੰਸੀ ਨੂੰ ਨਾ ਵਰਤਿਆ ਜਾਵੇ ਤੇ ਜਿਹੜਾ ਵੀ ਵਿਦੇਸ਼ੀ ਕਰੰਸੀ ਨੂੰ ਵਰਤੇਗਾ ਉਸ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਤੇ ਤਾਲਿਬਾਨ ਦੇ ਵਿੱਚ ਕਾਨੂੰਨੀ ਕਾਰਵਾਈ ਦਾ ਮਤਲਬ ਅਸੀਂ ਸਾਰੇ ਆਮ ਸਮਝਦੇ ਹਾਂ। ਬਿਊਰੋ ਡੈਸਕ ਰਿਪੋਰਟ ਦੇ ਨਾਲ ਦਾ TVNRI।